ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਬ੍ਰਾਹਮਲੀਨ ਵੀਰ ਪਾਮ ਜੀ ਜੋਧਾ ਸੀਨੀਅਰ ਆਗੂ ਭਾਵਾਤਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਚੰਦ ਕੌਲ ਸਾਹਿਬ ਵਿਖੇ ਪਹਿਲਾ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੌਰਾਨ ਸਿਹਤ ਵਿਭਾਗ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪੀਟਲ ਲੁਧਿਆਣਾ ਦੀ ਟੀਮ ਦੀ ਨਿਗਰਾਨੀ ਹੇਠ ਕੈਂਪ ਚੱਲਿਆ ਅਤੇ 100 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਗਿਆ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ, ਪਰਮਾਤਮਾ ਇਹ ਸਾਲ ਖੁਸ਼ੀਆਂ ਖੇੜ ਲੈ ਕੇ ਆਵੇ। ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਉਹ ਆਪਣੀ ਜਿੱਤ ਲੈ ਕੇ ਆਉਣ। ਉਹ ਤੋਂ ਬਾਅਦ ਅੱਜ ਅਸੀਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਪਰਮਵੀਰ ਯੋਧੇ ਦੀ ਯਾਦ 'ਚ, ਜੋ ਸਾਨੂੰ ਪਿੱਛੇ ਜਿਹੇ ਸਦੀਵ ਵਿਛੋੜਾ ਦੇ ਗਿਆ ਸੀ ਉਹਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅੱਜ ਅਸੀਂ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ, ਜਿਸ ਦੇ ਵਿੱਚ ਮੈਂ ਦੇਖ ਰਿਹਾ ਕਿ ਡੋਨਰਾਂ ਦੀ ਲਾਈਨ ਲੱਗੀ ਹੋਈ ਆ, ਕਿਉਂਕਿ ਉਹ ਯੋਧਾ ਇੱਕ ਹਰਮਨ ਪਿਆਰਾ ਲੜਕਾ ਸੀ ਸਾਡਾ, ਜਿਹੜਾ ਜੇ ਅੱਧੀ ਰਾਤ ਨੂੰ ਯਾਦ ਕਰੋ ਜਦ ਮਰਜ਼ੀ ਯਾਦ ਕਰੋ ਹਰ ਬੰਦੇ ਦੇ ਕੰਮ 'ਚ ਸੋਸ਼ਲ ਭਲਾਈ ਦੇ ਕੰਮਾਂ ਦੇ ਭੱਜ ਨੱਠ ਕੇ ਕਰਦਾ ਸੀ। ਹੁਣ ਅੱਜ ਅਸੀਂ ਉਹਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾ ਰਹੇ ਹਾਂ। ਇਸ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ 100 ਯੂਨਿਟ ਦੇ ਉੱਪਰ ਖੂਨਦਾਨ ਕਰਕੇ ਸਿਵਲ ਹਸਪਤਾਲ ਲੁਧਿਆਣਾ ਨੂੰ ਭੇਜਾਂਗੇ। ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਸਾਡੇ ਬਹੁਤ ਹੀ ਹੋਣਹਾਰ ਭਾਵਾ ਦਾਸ ਦੇ ਸੀਨੀਅਰ ਆਗੂ ਪਰਮਵੀਰ ਸਿੰਘ ਯੋਧਾ ਜੀ, ਜੋ ਕਰੀਬ 3 ਮਹੀਨੇ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੀ ਮਿੱਠੀ ਪਿਆਰੀ ਨਿੱਘੀ ਯਾਦ ਅੰਦਰ ਪਰਿਵਾਰ ਵੱਲੋਂ, ਉਹਨਾਂ ਦੇ ਸਾਥੀਆਂ ਵੱਲੋਂ, ਭਾਵਾ ਦਾਸ ਦੀ ਸਮੁੱਚੀ ਜਥੇਬੰਦੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਅੱਜ 2021 ਸਾਲ ਦੇ ਪਹਿਲੇ ਦਿਨ ਹੀ ਨਵੇਂ ਸਾਲ ਦੇ ਚੜ੍ਹਦੇ ਸਾਰ ਹੀ ਮਨੁੱਖਤਾ ਦੇ ਭਲੇ ਵਾਸਤੇ ਉਹ ਭਰ ਜਵਾਨੀ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ, ਜਿੱਥੇ ਪਰਿਵਾਰ ਨੂੰ ਬਹੁਤ ਵੱਡੀਆਂ ਆਸਾਂ ਸੀ, ਸਾਨੂੰ ਵੀ ਉਹਨਾਂ 'ਤੇ ਬਹੁਤ ਵੱਡਾ ਮਾਣ ਸੀ ਕਿ ਇਹ ਹੋਣਹਾਰ ਸਾਡਾ ਨੌਜਵਾਨ ਆਗੂ ਆਉਣ ਵਾਲੇ ਸਮੇਂ 'ਚ ਸਮਾਜ ਦੀਆਂ ਪਾਰਟੀ ਦੀਆਂ ਵੱਡੀਆਂ ਸੇਵਾਵਾਂ ਨਿਭਾਵੇਗਾ, ਪਰ ਅਕਾਲ ਪੁਰਖ ਨੂੰ ਜੋ ਮਨਜ਼ੂਰ ਸੀ ਉਹ ਹੋਇਆ। ਸੋ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਮਨਾਂ ਵਿੱਚ ਰਹੇਗੀ। ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਇਹ ਖੂਨਦਾਨ ਕੈਂਪ ਜਿਹੜਾ ਲਾਇਆ ਗਿਆ ਹੈ, ਔਰ ਬਹੁਤ ਸਾਰੇ ਡੋਨਰ ਜਿਹੜੇ ਖੂਨ ਦੇਣ ਵਾਲੇ ਸਾਡੇ ਨੌਜਵਾਨ ਆ, ਉਹਨਾਂ ਦੇ ਸਾਥੀ, ਉਹਨਾਂ ਦੇ ਸਹਿਯੋਗੀ, ਉਹਨਾਂ ਨਾਲ ਪਿਆਰ ਕਰਨ ਵਾਲੇ ਇਲਾਕੇ ਦੇ ਵਿੱਚੋਂ ਆਏ ਨੇ, ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਆਪਣੇ ਪਰਮ ਮਿੱਤਰ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਵੀ ਸਭ ਤੋਂ ਵੱਡੀ ਕੀਮਤੀ ਜੋ ਮਨੁੱਖ ਕੀਮਤੀ ਜੋ ਦਾਤ ਹੁੰਦੀ ਹੈ ਉਹ ਖੂਨਦਾਨ ਹੈ ਉਹ ਦੇ ਰਹੇ ਨੇ, ਜੋ ਕਿ ਮਨੁੱਖਤਾ ਦੇ ਭਲੇ ਵਾਸਤੇ ਆਵੇ। ਪਰਮਾਤਮਾ ਕਰੇ ਕਿ ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰਯਾਸ ਰੱਖੇ ਔਰ ਉਹਨਾਂ ਦੇ ਸਾਥੀਆਂ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਵੇਂ ਸਾਲ ਦੇ ਉੱਤੇ 2021 ਦੇ ਉੱਤੇ ਸਾਡੇ ਬਹੁਤ ਹੀ ਪਰਮ ਮਿੱਤਰ ਪਰਮਵੀਰ ਯੋਧਾ ਜੀ, ਜੋ ਸਾਡੇ ਭਾਵਾ ਤਾਸ ਦੇ ਬੜੇ ਸੀਨੀਅਰ ਆਗੂ ਸਨ, ਜੋ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾ ਵਰਾਜੇ ਨੇ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਉਹਨਾਂ ਦੇ ਸਾਰੇ ਸਾਥੀਆਂ ਨੰਬਰਦਾਰ ਰੋਸ਼ਨ ਜੀ ਔਰ ਸਾਰੇ ਮੈਂ ਸਭਨਾ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਅੱਜ ਉਹਨਾਂ ਦੀ ਯਾਦ ਦੇ ਅੰਦਰ ਮਹਾਨ ਖੂਨਦਾਨ ਕੈਂਪ ਜਿਹੜਾ ਵੱਡੀ ਪੱਧਰ ਦੇ ਉੱਤੇ ਲਗਾਇਆ ਜਾ ਰਿਹਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖੂਨਦਾਨੀ ਨੇ ਉਹ ਇੱਥੇ ਖੂਨਦਾਨ ਕਰਨ ਆਏ ਹੋਏ ਨੇ। ਮੈਂ ਸਮਝਦਾ ਕਿ ਜਿੱਥੇ ਉਹਨਾਂ ਨੂੰ ਸ਼ਰਧਾ ਸਤਿਕਾਰ ਅਸੀਂ ਭੇਟ ਕਰ ਰਹੇ ਹਾਂ ਉੱਥੇ ਨਵੇਂ ਸਾਲ ਦੇ ਉੱਤੇ, ਔਰ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਕਿ ਅੱਜ ਉਹਨਾਂ ਦਾ ਮੈਂ ਸਮਝਦਾ ਕਿ ਜਨਮ ਦਿਨ ਵੀ ਆ, ਉਹਨਾਂ ਦੇ ਜਨਮ ਦਿਨ ਦੇ ਉੱਤੇ ਵੀ ਯਾਦ ਕਰ ਰਿਹਾ ਉਹਨਾਂ ਦਾ ਸਮੂਹ ਪਰਿਵਾਰ ਆ, ਉਹਨਾਂ ਦੇ ਸਾਰੇ ਸਾਥੀ, ਸਾਰੀ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਉਹ ਸਾਡਾ ਵਰਕਰ ਸੀ, ਸਾਡਾ ਲੀਡਰ ਸੀ, ਅੱਜ ਉਹਨੂੰ ਅਸੀਂ ਯਾਦ ਕਰ ਰਹੇ ਹਾਂ। ਸੋ ਮੈਂ ਸਮਝਦਾ ਕਿ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅੱਜ ਸਾਰੇ ਅਸੀਂ ਇਸ ਖੂਨਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਪਾਈਏ ਔਰ ਉਹਦੇ ਉਹਨਾਂ ਦੀ ਜਿਹੜੀ ਯਾਦ ਆ ਹਮੇਸ਼ਾ ਉਹਨਾਂ ਨੂੰ ਤਾਜ਼ਾ ਰੱਖਣ ਦੇ ਲਈ ਕੋਸ਼ਿਸ਼ ਕਰਿਆ ਕਰਾਂਗੇ। ਹਰੇਕ ਸਾਲ ਹੀ ਉਹਨਾਂ ਦੀ ਯਾਦ ਦੇ ਅੰਦਰ ਜਿਹੜਾ ਖੂਨਦਾਨ ਕੈਂਪ, ਮੈਡੀਕਲ ਕੈਂਪ, ਹੋਰ ਜਿਸ ਤਰ੍ਹਾਂ ਵੀ ਪਰਿਵਾਰ ਚਾਹੂਗਾ ਜਾਂ ਉਹਨਾਂ ਦੇ ਸਾਥੀ ਚਾਹੁੰਗੇ ਉਸ ਤਰ੍ਹਾਂ ਅਸੀਂ ਇਹਨਾਂ ਨੂੰ ਪਰਿਵਾਰ ਨੂੰ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੂੰ ਸਹਿਯੋਗ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੈ ਭੀਮ, ਜੈ ਭਾਰਤ। ਮੈਂ ਧਰਮਵੀਰ ਧੰਮੀ, ਚੇਅਰਮੈਨ SC ਬਲਾਕ ਕਾਂਗਰਸ ਪਾਰਟੀ ਮਛੀਵਾੜਾ। ਮੈਂ ਅੱਜ ਖੂਨਦਾਨ ਕੈਂਪ ਲਗਾਇਆ ਹੋਇਆ ਭਾਵਾ ਤਾਸ ਵੱਲੋਂ ਪਰਮਵੀਰ ਯੋਧਾ ਦੀ ਯਾਦ ਨੂੰ
समर्पित करते हुए अज बहुत उत्साह देखने मिलिया कि लोगों ने खूनदान कैंप बड़ी उत्साह दे रहे हैं। असी सारिया का बहुत धन्यवाद करते हैं जिन्हों ने खूनदान आ के सहयोग पाया। जय भीम जय भारत। मैं रोशन लाल हंस जी, भारतीय वाल्मीकि धर्म समाज का राष्ट्रीय कार्यकारी मैंबर भावा दास भारत। असी जिहड़ा अज भारतीय वाल्मीकि धर्म समाज अते सोशल वेलफेयर सोसायटी वालों खूनदान कैंप लाया जा रहा है। साढ़े साथी परमवीर योधा की याद के अज उन्होंने जन्मदिन से असी सारिया ने रल के उपराला किया कि साढ़े साथी यह सच्ची श्रद्धांजलि होगी खूनदान कैंप की। असी जिन्हें भी साढ़े डोनर खूनदान करना आए ने जो होर साढ़े साथियों ने सहयोग दिता सोशल वेलफेयर सोसायटी का असी बहुत धन्यवाद हाँ जिन्होंने साड़ी मोढ़े ना मोढ़ा जोड़ के साड़ी मदद करी है। अते साढ़े सत्कारयोग साढ़े तहसील इंचार्ज शंकर कल्याण जी इन्हों का भी बहुत सहयोग आ। असी धन्यवादी हाँ सारे का जिन्हें भी इतने अज के ब्लड कैंप से पहुँचे ने डोनर लैके। असी उन्होंने सारे का बहुत बहुत धन्यवादी हाँ। सारे जय वाल्मीकि जी। परमजीत सिंह ढिल्लों समराले तो अज मछवाड़ा साहब जी इस गुरद्वारे के अंदर योधे वीर की याद के मैडिकल कैंप सारे साथियों वालों लवाया गया जो सानू पिछले कुछ समा पहला विछोड़ा दे गया सी। वीर साडा एक बहुत ही वधिया इंसान सी। इंसान होने के नाल वह अकाली दल का भी एक बहुत वधिया वर्कर सी ते हरेक दे काम आने वाला सी। उस दी याद नू ताज़ा करते हुए जो इन्होंने कैंप लगाए सारे इन्हों नू बधाई दें भी यह इन्होंने याद क्योंकि अजिहे बंदिआं नू आपां नू याद भी करना चाहिए। तो जिहड़े आपां सोशल काम इस मौके करते हैं ये समाज लिए एक प्रेरणा होंदी आ। अज दे दिहाड़े ते क्योंकि नवें साल का दिहाड़ा जिथे आपां सारे मुबारकबाद दे रहे हैं इन्होंने एक बहुत ही चंगे उपराले दे नाले साल शुरू किया। मैं आस करदा भी परमात्मा अंग संग सहाई होकर सारा साल इन्हों तो इदा ही सेवा लेंदा रहे तो समाज के ये जिहड़े साडे वीर ने समाज प्रति जो इन्हों का मन च दृढ़ निश्चय है उन्होंने लैके अगे वधन ते असीं भी जिथे हो सकता जिन्ना हो सकता इन्हों का सहयोग हर टाइम करा। जिथे इत्थे सारे जने अपने यूनिट ब्लड दे डोनेट कर रहे हैं मैं अपने वालों अपनी टीम वालों 21 यूनिट अज असी डोनेट करके इत्थे जा रहे हैं अपनी टीम वालों। अते एक 15 जनवरी नूं अखां दा कैंप भी शिवली वीर उन्हां दी समुची टीम वालों लगाया जा रहा जिहदे विच इलाके निवासियों नूं बेनती करदा भी आओ अते आपां इस कैंप दा फायदा लईए अते अपना जो इन्हां वीरां दा निश्चय आ दृढ़ निश्चय करके चले हुए ने मैं इह पहलां कहना चाहूँगा क्योंकि शिवली वीर दे ने समुची टीम नाल जिहड़े साडे वीर भाई होर भी लगे ने अज दे नहीं है काफ़ी टाइम तो साढ़े इलाके का माण ने क्योंकि समाज भलाई कामां च वध चढ़ के अगे वधदे ने ते मैं अरदास यही करदा भी परमात्मा इन्हां नूं भी लंबी उम्र बख्शे अते इन्हां तों इह सेवा लैंदा रहे। धन्यवाद।